ਗਲੋਬਲ ਫਾਰਮ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਪਵਿੱਤਰ ਪਾਲ ਸਿੰਘ ਭਾਂਗਲੀ ਨੇ ਫਤਿਹਗੜ੍ਹ ਸਾਹਿਬ ਵਿਖੇ ਇੱਕ ਪ੍ਰੈਸ ਵਾਰਤਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ ਉੱਥੇ ਹੀ ਧਰਤੀ ਦੇ ਗੁਣ ਵੀ ਖਤਮ ਹੋ ਜਾਂਦੇ ਨੇ। ਉਹਨਾਂ ਦੱਸਿਆ ਕਿ ਪਿਛਲੇ ਸਾਲ ਪਰਾਲੀ ਨਾ ਜਲਾਉਣ ਲਈ ਲਗਭਗ 125 ਪਿੰਡਾਂ ਵਿੱਚ ਜਾਗਰੂਕਤਾ ਅਭਿਆਨ ਚਲਾਇਆ ਗਿਆ ਸੀ। ਸਰਕਾਰ ਵੱਲੋਂ ਪਿਛਲੇ ਵਰੇ 287 ਕਰੋੜ ਦੀ ਮਸ਼ੀਨਰੀ ਦਿੱਤੀ ਗਈ ਸੀ ਅਤੇ ਇਸ ਵਰੇ 367 ਕਰੋੜ ਦੀ ਮਸ਼ੀਨਰੀ ਦਿੱਤੀ ਜਾ ਰਹੀ ਹੈ। ਉਹਨਾਂ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਵਿਦੇਸ਼ਾਂ ਦੀ ਤਰਜ਼ ਤੇ ਅਜਿਹੇ ਕੈਮੀਕਲ ਮੰਗਵਾਉਣ ਜਿਸ ਦੇ ਛਿੜਕਾਅ ਨਾਲ ਫੂਸ ਅਤੇ ਵੇਸਟੇਜ ਨੂੰ ਖਤਮ ਕੀਤਾ ਜਾ ਸਕੇ ਅਤੇ ਉਸ ਨਾਲ ਵਾਤਾਵਰਣ ਅਤੇ ਧਰਤੀ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ। ਮਸ਼ੀਨਰੀ ਦੀ ਕੋਸਟ ਹੈ ਬਹੁਤ ਜ਼ਿਆਦਾ ਅਤੇ ਸਬਸਿਡੀ ਕਾਫੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ। 50% ਤਾਂ ਇੰਡੀਵਿਜੁਅਲ ਫਾਰਮਰ ਵਾਸਤੇ ਹੈ ਅਤੇ ਜਿਹੜਾ ਗਰੁੱਪ ਹੈ ਜਿਹਦੇ 'ਚ 7 ਤੋਂ 10 ਮੈਂਬਰ ਹੁੰਦੇ ਆ, ਚਾਹੇ ਕੋਪਰੇਟਿਵ ਸੁਸਾਇਟੀ ਹੈ, ਉਹਦੇ ਵਿੱਚ 80% ਸਬਸਿਡੀ ਹੈ ਅਤੇ ਇਹ ਸਬਸਿਡੀ ਦੇ ਨਾਲ ਸਬਸਿਡੀ ਕਰਕੇ ਹੀ ਬਹੁਤ ਹੁੰਗਾਰਾ ਮਿਲਿਆ ਮਸ਼ੀਨਰੀ ਖਰੀਦਣ ਵਾਸਤੇ ਕਿਸਾਨਾਂ ਨੂੰ ਅਤੇ ਤਕਰੀਬਨ 20-30% ਏਰੀਆ ਇਸ ਮਸ਼ੀਨਰੀ ਨਾਲ ਪੰਜਾਬ ਦਾ ਕਵਰ ਹੋ ਰਿਹਾ ਜੋ ਪਿਛਲੇ ਸਾਲ ਦੇ ਵਿੱਚ ਮਸ਼ੀਨਰੀ ਦਿੱਤੀ ਗਈ ਅਤੇ ਇਸ ਸਾਲ 'ਚ ਵੀ ਦੇ ਰਹੇ ਹਾਂ 2019 ਦੇ ਵਿੱਚ। ਅਤੇ ਇਹਦੇ ਵਿੱਚ ਹੈਪੀ ਸੀਡਰ ਮੇਨ ਮਸ਼ੀਨ ਹੈ ਅਤੇ ਜ਼ੀਰੋ ਟਿਲ ਡਰਿੱਲ ਇੱਕ ਸੈਕਿੰਡ ਮਸ਼ੀਨ ਹੈ। ਇਹ ਦੋਨੋਂ ਮਸ਼ੀਨਾਂ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 2006 ਤੋਂ ਲੈ ਕੇ ਕੰਮ ਹੋਇਆ ਅਤੇ ਜਿਹੜੀ ਹੈਪੀ ਸੀਡਰ ਟੈਕਨੋਲੋਜੀ ਹੈ ਆਸਟ੍ਰੇਲੀਆ ਦੀ ਟੈਕਨੋਲੋਜੀ ਹੈ ਜਿਹੜੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ 2006-07 ਤੋਂ ਲੈ ਕੇ ਲਗਾਤਾਰ 2012 ਤੱਕ ਕੰਮ ਕਰਕੇ ਇੰਪਰੂਵਮੈਂਟ ਕਰਕੇ ਇਹ ਚਾਲੂ ਕੀਤੀ। ਪਰ ਕਿਉਂਕਿ ਇਹਦੇ 'ਤੇ ਕੋਈ ਸਖਤੀ ਦਾ ਕਾਰਨ ਨਹੀਂ ਸੀਗਾ ਵੀ ਪਰਾਲੀ ਅੱਗ ਲਾਉਣ ਨਾਲ ਕੋਈ ਨੁਕਸਾਨ ਹੁੰਦਾ, ਅਵੇਅਰਨੈਸ ਘੱਟ ਸੀ। ਕਿਸਾਨ ਫਟਾਫਟ ਝੋਨੇ ਤੋਂ ਬਾਅਦ ਇੱਕ ਛੋਟੀ ਵਿੰਡੋ ਹੈ ਜਿਹਦੇ 'ਚ 20 ਜਾਂ 25 ਦਿਨ ਹੈ ਕਣਕ ਬੀਜਣ ਦਾ ਸਮਾਂ। ਦੂਸਰੀ ਗੱਲ, ਜਿਹੜੀਆਂ ਕਣਕ ਦੀਆਂ ਕਿਸਮਾਂ ਨੇ ਉਹ ਲੰਬੀ ਅਵਧੀ ਵਾਲੀਆਂ, ਲੰਬੀ ਕਿਸਮ ਲੰਬਾ ਟਾਈਮ ਲੈਣ ਵਾਲੀਆਂ ਕਿਸਮਾਂ ਨੇ ਅਤੇ ਹੁਣ ਕਾਫੀ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ICAR ਪੂਸਾ ਵੱਲੋਂ ਸ਼ੋਰਟ ਡਿਊਰੇਸ਼ਨ ਕਿਸਮਾਂ ਦੀ ਵੀ ਇਜਾਦ ਕੀਤੀ ਗਈ ਹੈ ਪਿਛਲੇ 5-4 ਸਾਲ ਦੇ ਵਿੱਚ, ਜਿਹਦਾ ਕਿ ਟਾਈਮ 15 ਨਵੰਬਰ ਤੋਂ ਬਾਅਦ ਬਿਜਾਈ ਦਾ ਸ਼ੁਰੂ ਹੁੰਦਾ। ਪਹਿਲਾਂ ਕਿ ਜਿਹੜਾ ਪਹਿਲਾਂ ਸਿਫਾਰਿਸ਼ਾਂ ਸੀ ਉਹ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਦੀਆਂ ਸੀ, ਉਹ 20 ਦਿਨ ਦਾ ਜਿਹੜੀ ਵਿੰਡੋ ਆ ਉਹਨੂੰ ਵੱਡਾ ਕਰ ਦਿੱਤਾ ਗਿਆ ਖੋਜ ਹੋਣ ਕਰਕੇ। ਕਿਸਮਾਂ ਦੀ ਜਿਹੜੀ ਉਮਰ ਹੈ ਉਹ ਛੋਟੀ ਹੋ ਗਈ ਹੈ, ਝਾੜ ਤਕਰੀਬਨ 21-23-24 ਕੁਇੰਟਲ ਟੱਚ ਕਰਦੇ ਨੇ ਅਤੇ ਇਹਦੇ ਨਾਲ ਨਾਲ ਜਿਹੜੇ ਪਰਾਲੀ ਖਤਮ ਕਰਨ ਦਾ ਰੁਝਾਨ ਹੈ ਉਹ ਅਵੇਅਰਨੈਸ ਕੰਪੇਨਸ ਕਰਕੇ ਅਸੀਂ ਵੀ ਆਪਣੇ ਕਾਲਜ ਦੇ ਬੱਚਿਆਂ ਰਾਹੀਂ, ਗੁਰੂ ਨਾਨਕ ਨੈਸ਼ਨਲ ਕਾਲਜ ਦੇ ਬੱਚਿਆਂ ਰਾਹੀਂ ਪਿਛਲੇ ਸਾਲ 127 ਪਿੰਡਾਂ ਦੇ ਵਿੱਚ ਕੰਪੇਨ ਕੀਤੀ ਹੈ ਅਤੇ ਅਸੀਂ ਇਨ ਸੀਟੂ ਪ੍ਰੋਗਰਾਮ ਪੰਜਾਬ ਗੌਰਮੈਂਟ ਦਾ ਹੈਗਾ ਉਹਦੇ ਵਿੱਚ ਅਸੀਂ ਸਾਨੂੰ GST ਕਮਿਸ਼ਨਰੇਟ ਵੱਲੋਂ 2 ਹੈਪੀ ਸੀਡਰ KVK ਸਮਰਾਲਾ ਨੇ ਮੁਹੱਈਆ ਕਰਾਏ ਅਤੇ ਅਸੀਂ ਉਹ ਪਿੰਡਾਂ ਦੇ ਵਿੱਚ ਆਪਣੇ ਸਟੂਡੈਂਟਸ ਰਾਹੀਂ ਓਪਰੇਟ ਕੀਤੇ। ਕਿਸਾਨ ਆਪਦਾ ਟਰੈਕਟਰ ਲਿਆਉਂਦਾ ਸੀ, ਮਸ਼ੀਨ ਪਾ ਕੇ ਲੈ ਜਾਂਦੇ, ਬਿਜਾਈ ਕਰਕੇ ਦੂਜੇ ਕਿਸਾਨ ਨੂੰ ਦੇ ਦਿੰਦਾ, ਉਹਦੀ ਅਸੀਂ ਮੋਨੀਟਰਿੰਗ ਵੀ ਕੀਤੀ ਅਤੇ ਇਸ ਵਾਰ ਅਸੀਂ ਕਾਫੀ ਮਸ਼ੀਨਰੀ ਆਪਣੇ ਆਪਣੀ ਐਸੋਸੀਏਸ਼ਨ ਜਿਹੜੀ ਕਾਲਜ ਦੇ ਇੱਕ ਸੁਸਾਇਟੀ ਆ ਉਹਦੇ ਰਾਹੀਂ ਖਰੀਦ ਕੇ ਅਤੇ ਆਪਣੇ ਸਟੂਡੈਂਟਸ ਦੇ ਪਿੰਡਾਂ 'ਚ ਫੇਰ ਓਪਰੇਟ ਕਰਾਂਗੇ। ਸਰਕਾਰ ਵੱਲੋਂ ਤਕਰੀਬਨ 287 ਕਰੋੜ ਦੀ ਮਸ਼ੀਨਰੀ ਪਿਛਲੇ ਸਾਲ ਦਿੱਤੀ ਸੀ, 367 ਕਰੋੜ ਦੀ ਇਸ ਸਾਲ ਦਿੱਤੀ ਜਾ ਰਹੀ ਹੈ ਅਤੇ ਇਹਦਾ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਰੁਝਾਨ ਵਧੇਗਾ ਕਿਉਂਕਿ ਕੋਪਰੇਟਿਵ ਸੁਸਾਇਟੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ 80% ਸਬਸਿਡੀ ਦੀ। ਤਕਰੀਬਨ 20-30% ਕਿਸਾਨਾਂ ਨੇ ਪਰਾਲੀ ਸਾਂਭਣ ਦਾ ਪ੍ਰੋਗਰਾਮ ਚਾਲੂ ਕੀਤਾ ਹੋਇਆ ਅਤੇ ਹੌਲੀ ਹੌਲੀ ਇਹ ਰਫ਼ਤਾਰ ਵੱਧ ਰਹੀ ਹੈ। 28 ਲੱਖ ਤੋਂ 32 ਲੱਖ ਹੈਕਟੇਅਰ ਤੱਕ ਖੇਤੀ ਹੁੰਦੀ ਹੈ ਪੰਜਾਬ ਦੇ ਵਿੱਚ ਝੋਨੇ ਦੀ।
ਅਤੇ ਉਹਦੇ ਵਿੱਚ ਕਾਫੀ ਲੋਕ ਹੁਣ ਕੋਸ਼ਿਸ਼ ਕਰ ਰਹੇ ਆ। ਅਤੇ ਇਸ ਦੇ ਨਾਲ ਨਾਲ ਇੱਕ ਮੈਂ ਹੋਰ ਵੀ ਅਪੀਲ ਕਰਦਾ ਕਿ ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਵਿੱਚ ਇੱਕ ਸਪਰੇ ਕਰਦੇ ਨੇ ਉੱਥੇ ਦੇ ਫਾਰਮਰ, ਕਿਉਂਕਿ ਮੈਂ ਗਲੋਬਲ ਫਾਰਮਰ ਨੈੱਟਵਰਕ ਦਾ ਮੈਂਬਰ ਹਾਂ, ਅਤੇ ਉੱਥੇ ਕਿਸਾਨ ਇੱਕ ਸਪਰੇ ਕਰਦੇ ਆ ਜਿਹਦੇ ਨਾਲ ਕਿ ਜਿਹੜੀ ਰਹਿੰਦ ਖੂੰਹਦ ਆ ਉਹ ਇੱਕ 10 ਦਿਨ 7 ਤੋਂ 10 ਦਿਨਾਂ ਦੇ ਵਿੱਚ ਹੀ ਵੇਸਟ ਖਤਮ ਹੋ ਕੇ ਮਿੱਟੀ 'ਚ ਮਿਲ ਜਾਂਦੀ ਆ। ਉਹਦੇ 'ਤੇ ਵੀ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ ਕਿ ਉਸ ਤਰ੍ਹਾਂ ਦਾ ਇੱਕ ਕੈਮੀਕਲ ਜਿਹੜਾ ਕਿ ਈਕੋ ਫਰੈਂਡਲੀ ਕੈਮੀਕਲ ਅਤੇ ਨੋਨ ਹੈਜ਼ਰਡਸ ਹੈ ਉਹ ਵੀ ਇੰਪੋਰਟ ਕਰਕੇ ਪਰਾਲੀ ਜਾਂ ਹੋਰ ਮੱਕੀ ਦਾ ਵੇਸਟ ਹੈ ਜਾਂ ਹੋਰ ਫਸਲਾਂ ਦੀ ਰਹਿੰਦ ਖੂੰਹਦ ਹੈ ਉਹਨੂੰ ਗਾਲਣ ਦੇ ਵਿੱਚ ਫਾਸਟ ਸਹਾਈ ਹੁੰਦਾ। ਅਤੇ ਇਹਦੇ 'ਤੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਕੈਮੀਕਲ ਮੰਗਾ ਕੇ ਉਹਦੀ ਟ੍ਰਾਇਲ ਕੀਤੀ ਜਾਵੇ। ਉਹ ਨਾਮ ਹੀ ਕੈਮੀਕਲ ਹੈ ਪਰ ਉਹ ਬਾਇਓ ਕੈਮੀਕਲ ਨੇ ਜਿਹੜੇ ਕਿ ਜ਼ਮੀਨ ਦੇ ਵਿੱਚ ਇਨਸੀਟੂ ਪ੍ਰੋਗਰਾਮ ਜਾਂ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਬਹੁਤ ਜਲਦੀ ਉਹਨੂੰ ਗਾਲ ਕੇ ਜ਼ਮੀਨ ਦੀ ਸਿਹਤ ਚੰਗੀ ਕਰਦੇ ਆ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਧਵਾੜਾ ਦੀ ਰਿਪੋਰਟ।